एमपी साहब आए थे आपसे मिलकर, क्यों नहीं ये वो? हाँ बात बंद कीजिए, एमपी साहब आए थे आपसे मिलकर, क्यों नहीं ये वो? हाँ बात बंद कीजिए, जब तक हम सही, मैं हम नहीं चाहते कि किसी माँ की गोफ उजड़े या किसी का सुहाग उजड़े, उनको मुंह तोड़ जवाब देना चाहिए। हमारी यही रिक्वेस्ट है, हम किसी का भी अत्याचार सहन नहीं कर सकते। हम हिंदू हैं, हम मुसलमानों की तरह नहीं है, हमें कायर नहीं बनना। मुसलमान तो हमारे सर के ऊपर आके हमारी गर्दन का काट के ले जा रहे हैं, लेकिन ये हमारी जो है ना सरकार जो कुछ नहीं कर पा रही है। हम आपसे चाहते हैं, यही रिक्वेस्ट है कि किसी की माँ की गोद नहीं उजड़नी चाहिए, ना ही किसी का सुहाग उजड़ना चाहिए। ये एक नारी की आपसे रिक्वेस्ट है। ਪਲਾਟ ਦੀ ਗੱਲ ਕੁੱਟੇ ਪੁੱਟੀ ਮੈਂ ਗਿਆ ਪੁੱਟੀ ਸੀ ਨਾ ਸਾਰੇ ਕੋਲ ਪਹਿਲੇ ਮੈਂ ਗਿਆ ਪੁੱਟੀ ਸੀ ਨਾ ਮੇਰੇ ਗਿਆ ਮੂੰਹ ਪਾਦੇ ਸਾਰੇ ਤਰੇ ਸਾਲ ਨੀ ਜਿੱਥੇ ਬਰੇ ਦੀ ਹੋਇਆ ਕੀ ਹੈ ਤਰੇ ਸਾਲ ਪਹਿਲੇ ਜੇ ਪਲਾਟ ਹਾਂ ਗੱਲ ਗੱਲ ਫਿਰ ਤੋਂ ਬਾਕੀ ਵੀ ਸੁਣਾਉਣਾ ਪਲਾਟ ਸਾਰੇ ਸ਼ਨਾਖਤ ਬਾਕੀ ਪਲਾਟੇ ਦੀ ਸ਼ਨਾਖਤ ਹੋਈ ਸੀ 80 ਸਾਲ ਜਗ੍ਹਾ ਦੀ ਸ਼ਨਾਖਤ ਹੋਈ ਸੀ ਜਿਹੜੇ ਦੇ ਕਾਗਜ਼ ਤਿਆਰ ਹੋਏ ਨੇ ਉਹ ਅਸੀਂ ਫੌਜ ਨੇ ਠਾਕੀ ਉੜਿਆ ਕਿ ਅਜੇ ਬਾਕੀ ਹੈ ਦੇਖੋ ਅਸੀਂ ਗੱਲ ਸਮਝੀ ਫੌਜ ਦੇ ਆਪਣੇ ਉੱਤੇ
ਉਹਦੇ ਖਿਲਾਫ ਤੇ ਨਹੀਂ ਨਾ ਚੱਲ। ਉਹਨੇ ਆਖਿਆ ਕਿ ਤੁਸੀਂ ਕੀ ਕਰੋ, ਅਜੇ ਪਲਾਟ ਨਹੀਂ ਵੰਡੋ, ਪਲਾਟ ਵੰਡਣੇ ਕਰਨੇ ਬਾਰਡਰ ਖਾਲੀ ਹੋਏ ਸੀ, ਬਿਲਕੁਲ ਤੁਸੀਂ ਅਜੇ ਨਹੀਂ ਨਿੱਕੇ ਨਿੱਕੇ ਉਹ ਬਣਾਈ ਦੇ ਹੋਏ ਆਦੇ ਉਹਦੇ ਬਾਰਡਰ ਭਾਵ ਦਾ ਨਾਮ ਕਿਉਂਕਿ ਹੁੰਦਾ ਕੀ ਹੈ ਕਿ ਕੋਈ ਵੀ ਲੀਡਰ ਆਉਂਦਾ ਨਾ ਉਹ ਮਛਰੀ ਨਹੀਂ ਉੱਡਦਾ। ਬਾਈ ਪੁੱਛਿਓ ਸੀ ਡਾਕਟਰ ਕਿੱਥੇ ਗਏ ਪਲਾਟ, ਅਜੇ ਪਲਾਟ ਹੁਣ ਵੀ ਗੱਲ ਹੈ ਹੁਣ ਵੀ ਗੱਲ ਹੈ, ਸੁਣ ਲੈ ਹੁਣ ਵੀ ਗੱਲ ਹੈ, ਕਿਉਂਕਿ ਤੁਸੀਂ ਸਮਝ ਨਹੀਂ ਆਉਂਦੀ, ਜਿਹੜਾ ਪੁੱਠੀ ਸਮਝਾਓ ਤੌਲਾ ਸਮਝੋਈ ਜਾਂਦੀ। ਮੈਂ ਆਖਾਰ ਨਾ ਕਿ 5 ਮਰਲੇ ਪਲਾਟ ਇਹ ਠੀਕ ਆਖਾਰ ਦਾ, 3 ਸਾਲ ਪਹਿਲੇ ਦੇ ਲੈ ਲਏ, 80 ਕਨਾਲ ਜਗ੍ਹਾ ਸ਼ਰਾਰਤ ਕੀਤੀ, ਲੇਕਿਨ ਨਹੀਂ ਦੇਣੇ ਕੀ ਨਹੀਂ ਦੇਣੇ, ਕਿਉਂਕਿ ਫੌਜ ਨੇ ਮਨਾ ਕੀਤਾ। ਹੁਣ ਦੱਸੋ ਫੌਜ ਦੀ ਗੱਲ ਮੰਨਣਾ ਸਾਡਾ ਫਰਜ਼ ਨਹੀਂ ਹੈ, ਹੁਣ ਉਹਦਾ ਫਿਰ ਅਸੀਂ ਆਖਿਆ ਵੀ ਦੱਸੋ ਇਹਦੇ ਇਲਾਵਾ ਹੋਰ ਕੀ ਕਰਦੇ। ਉਹਨੇ ਆਖਿਆ ਤੁਸੀਂ ਨਿੱਕੇ ਨਿੱਕੇ ਪੱਕੇ ਮਕਾਨ ਬਣਾਓ, ਅਲਾਟ ਨਹੀਂ ਕਰੋ, ਰੋਣੇ ਵਾਸਤੇ ਡੀ ਸੀ ਸਾਹਿਬ ਦੱਸਣ ਕਿਹੜਾ ਟੱਬਰ ਪਿੱਛੇ ਰਹੋ। ਉਹ ਡੀ ਸੀ ਸਾਹਿਬ ਦੀ ਰਾਇਤ ਹੋਈ ਹੈ, ਕੱਲ੍ਹ ਉਹ ਚੀਫ ਮਿਨਿਸਟਰ ਵੀ ਆਈ, ਇਹਨੇ ਕੰਮ ਸ਼ੁਰੂ ਕਰਨਾ। ਅਲਾਟੇ ਦੀ ਜਗ੍ਹਾ ਉੱਥੇ ਤਾਂ ਪੈਦੀ ਹੈ, ਲੇਕਿਨ ਅਜੇ ਉਹਦੀ ਅਲਾਟਮੈਂਟ ਨਹੀਂ ਹੋਣੀ, ਫੌਜ ਨੇ ਰੋਕਿਆ ਦਾ। ਜਿਸ ਵੇਲੇ ਹੋਵੇਗਾ ਅਸੀਂ ਦੇਣੀ ਤਿਆਰ, ਇਹ ਠੀਕ ਆ ਖਾਦਾ, 3 ਵਰ੍ਹੇ ਪਹਿਲਾਂ ਹੀ ਰਾੜਾਗੜ੍ਹ 'ਚ ਵੀ ਗੱਲ ਹੋਈ। ਉਹ ਵੀ ਗੱਲ ਕੀਤੀ ਹੈ, ਕੋਟਾ ਇਹ ਬਿਲਕੁਲ ਠੀਕ ਆ, ਬਿਲਕੁਲ ਜਿਵੇਂ LOC ਦਾ ਕੋਟਾ ਹੈ, ਜਿਵੇਂ ਤੁਹਾਡਾ ਵੀ ਕੋਟਾ ਹੋਣਾ ਚਾਹੀਦਾ ਪੜ੍ਹਾਈ 'ਚ ਵੀ ਨੌਕਰੀ 'ਚ। ਉਹ ਗੱਲ ਅਸੀਂ ਚੀਫ ਮਿਨਿਸਟਰ ਅੱਗੇ ਵੀ ਰੱਖੀ ਹੈ ਸਾਰੇ ਅੱਗੇ, ਔਰ ਮੈਂ ਉਹ ਅਸੀਂ ਕਰਾਈਏ ਦੇਣੀ, ਇਹ ਗੱਲ ਪਹਿਲੇ ਦੀ ਵਾਰ ਦੀ ਹੈ ਕਿ ਉਹ ਫਿਰ ਅਸੀਂ ਅੱਗੇ